ਸਟੂਡੈਂਟਸ ਵੈਲਕਮ ਬੈਕ ਅੱਜ ਦੀ ਵੀਡੀਓ ਦੇ ਵਿੱਚ ਆਪਣਾ ਟਾਪਿਕ ਹੈ ਕੰਪੋਨੈਂਟਸ ਆਫ ਫਿਜ਼ੀਕਲ ਫਿਟਨੈਸ ਸਰੀਰਕ ਫਿਟਨੈਸ ਦੇ ਕਿਹੜੇ-ਕਿਹੜੇ ਤੱਤ ਨੇ ਮੀਨ ਜਿਹੜੀ ਸਾਡੀ ਸਰੀਰਕ ਫਿਟਨੈਸ ਆ ਉਹ ਕਿਹੜੀਆਂ ਗੱਲਾਂ ਦੇ ਉੱਪਰ ਨਿਰਭਰ ਕਰਦੀ ਹੈ ਫਰਸਟ ਇਜ਼ ਸਟਰੈਂਥ ਸਟਰੈਂਥ ਮੀਨ ਜ ਤਾਕਤ ਕੋਈ ਵੀ ਜਿਹੜੀ ਸਾਨੂੰ ਪ੍ਰੋਬਲਮ ਆਉਂਦੀ ਹੈ ਉਹਦੀ ਸਥਿਤੀ ਦੇ ਵਿੱਚ ਇਹ ਸਰੀਰ ਦੀਆਂ ਜਿਹੜੀਆਂ ਮਾਸਪੇਸ਼ੀਆਂ ਨੇ ਸੁੰਗੜਨ ਦੀ ਕਿਰਿਆ ਦੁਆਰਾ ਊਰਜਾ ਹੀ ਪੈਦਾ ਕਰਦੀਆਂ ਨੇ ਇਹਨੂੰ ਕੀ ਕਿਹਾ ਜਾਂਦਾ ਹੈ ਸਟਰੈਂਥ ਸ਼ਕਤੀ ਸਾਡੀ ਬੋਡੀ ਦੀ ਮੀਨ ਜਦੋਂ ਕੋਈ ਵੀ ਰੁਕਾਵਟ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਜਿਹੜੀਆਂ ਸਰੀਰ ਦੀਆਂ ਮਸਲਜ਼ ਨੇ ਉਸ ਉੰਗੜਨ ਦੀ ਕਿਰਿਆ ਦੁਆਰਾ એનર્ਜੀ ਪੈਦਾ ਕਰਦੀਆਂ ਨੇ ਤੇ ਇਹਨੂੰ ਸੀ ਕਹਿੰਦੇ ਆ ਸਟਰੈਂਥ ਨੈਕਸਟ ਹੈ ਐਕਸਪਲੋਸਿਵ ਸਟਰੈਂਥ ਵਿਸਫੋਟਕ ਤਾਕਤ ਇਸ ਕਿਰਿਆ ਦੇ ਵਿੱਚ ਜਿਹੜੀ ਸਾਡੀ ਸਰੀਰਕ ਸ਼ਕਤੀ ਹੈ ਉਹਦਾ ਬਹੁਤ ਹੀ ਤੇਜ਼ੀ ਨਾਲ ਉਹਨੂੰ ਯੂਟਿਲਾਈਜ਼ ਕਰਨ ਦੀ ਜਿਹੜੀ ਕੈਪੈਸਿਟੀ ਹੈ ਉਨੂੰ ਕਿਹਾ ਜਾਂਦਾ ਹੈ ਐਕਸਪਲੋਸਿਵ ਸਟਰੈਂਥ ਵਿਸਫੋਟਿਕ ਤਾਕਤ ਉਹਨੂੰ ਕਹਿੰਦੇ ਨੇ ਨੈਕਸਟ ਹੈ ਸਪੀਡ ਸਪੀਡ ਗਤੀ ਕਿਸੇ ਵੀ ਕਿਰਿਆ ਨੂੰ ਕੋਈ ਵੀ ਐਕਟੀਵਿਟੀ ਨੂੰ ਕਿੰਨੇ ਟਾਈਮ ਦੇ ਵਿੱਚ ਕੀਤਾ ਜਾਂਦਾ ਹੈ ਇਹਨੂੰ ਕਿਹਾ ਜਾਂਦਾ ਹੈ ਕੰਮ ਕਰਨ ਦੀ ਸਪੀਡ ਕਿਉਂਕਿ ਦੇਖੋ ਜੇ ਬਾਡੀ ਤੰਦਰੁਸਤ ਹੈ ਤਾਂ ਜਿਹੜੀ ਸਪੀਡ ਹੈ ਉਹ ਤੇਜ਼ ਹੋਏਗੀ ਇਸ ਕਰਕੇ ਜਿਹੜੀ ਫਿਜ਼ੀਕਲ ਫਿਟਨੈਸ ਆ ਉਹਦਾ ਕੰਪੋਨੈਂਟ ਕੀ ਹੋ ਗਿਆ ਸਪੀਡ ਜੇ ਸਰੀਰ ਤੰਦਰੁਸਤ ਹੈ ਤਾਂ ਜਿਹੜੀ ਸਪੀਡ ਹੈ ਉਹ ਵੀ ਤੇਜ਼ ਹੋਏਗੀ ਨੈਕਸਟ ਹੈ ਐਡੀਲਿਟੀ ਫੁਰਤੀ ਵੱਖ-ਵੱਖ ਕਿਰਿਆਵਾਂ ਨੂੰ ਲਗਾਤਾਰ ਤੇਜ਼ੀ ਨਾਲ ਕਰਨ ਦੀ ਜਿਹੜੀ ਕਿਰਿਆ ਉਹਨੂੰ ਕਿਹਾ ਜਾਂਦਾ ਹੈ ਫੁਰਤੀ ਮੀਨਜ਼ ਚੁਸਤੀ ਫੁਰਤੀ ਨਾਲ ਕੰਮ ਕਰਨਾ ਨੈਕਸਟ ਹੈ ਫਲੈਕਸੀਬਿਲਿਟੀ ਮੀਨਜ਼ ਲਚਕ ਸਰੀਰ ਦੇ ਜਿਹੜੇ ਅਲੱਗ-ਅਲੱਗ ਭਾਗ ਨੇ ਤੇ ਅੰਗ ਨੇ ਉਹਨਾਂ ਨੂੰ ਵੱਖ-ਵੱਖ ਐਂਗਲਸ ਦੇ ਉੱਪਰ ਮੋੜਨ ਦੀ ਜਿਹੜੀ ਕੈਪੈਸਿਟੀ ਹੈ ਉਹ ਕਿਹਾ ਜਾਂਦਾ ਉਹਨੂੰ ਲਚਕ ਫਲੈਕਸੀਬਿਲਿਟੀ ਮੀਨਜ਼ ਅਸੀਂ ਆਪਣੇ ਜਿਹੜੇ ਬਾਡੀ ਪਾਰਟਸ ਨੇ ਉਹਨਾਂ ਨੂੰ ਕਿੰਨਾ ਕੁ ਮੋੜ ਸਕਦੇ ਆ ਮੋੜਨ ਦਾ ਮਤਲਬ ਜਿਵੇਂ ਅਸੀਂ ਨੀਚੇ ਝੁਕ ਸਕਦੇ ਆ ਜਾਂ ਨਹੀਂ ਝੁਕ ਸਕਦੇ ਅਸੀਂ ਗਰਦਨ ਨੂੰ ਕਿਧਰ ਕਿਧਰ ਘੁਮਾ ਸਕਦੇ ਆ ਇਹ ਹੈ ਫਲੈਕਸੀਬਿਲਟੀ ਫਲੈਕਸੀਬਿਲਟੀ ਤਾਂ ਹੀ ਹੋਏਗੀ ਜੇਕਰ ਸਰੀਰ ਫਿੱਟ ਹੋਏਗਾ ਕਿਉਂਕਿ ਜੇਕਰ ਸਪੋਜ਼ ਕਰੋ ਗਰਦਨ ਦੇ ਵਿੱਚ ਕੋਈ ਪ੍ਰੋਬਲਮ ਹੈ ਤਾਂ ਅਸੀਂ ਗਰਦਨ ਨੂੰ ਇਧਰ ਉਧਰ ਸਹੀ ਤਰੀਕੇ ਨਾਲ ਨਹੀਂ ਘੁਮਾ ਸਕਾਂਗੇ ਨੈਕਸਟ ਹੈ ਕੋਆਰਡੀਨੇਸ਼ਨ ਤਾਲਮੇਲ ਕਿਸੇ ਵੀ ਕੰਮ ਨੂੰ ਕਿਸੇ ਵੀ ਕਿਰਿਆ ਨੂੰ ਕਰਨ ਦੇ ਲਈ ਜਿਹੜੇ ਸਾਡੇ ਬਾਡੀ ਪਾਰਟਸ ਨੇ ਉਹਨਾਂ ਨੂੰ ਆਪਸ ਦੇ ਵਿੱਚ ਇੱਕ ਸੁਰ ਰੱਖਣ ਦੀ ਜਿਹੜੀ ਯੋਗਤਾ ਹੈ ਉਹਨੂੰ ਕਿਹਾ ਜਾਂਦਾ ਹੈ ਤਾਲਮੇਲੀ ਮੀਨ ਜੇ ਇਕੱਠੇ ਮਿਲ ਕੇ ਕੰਮ ਕਰਦੇ ਨੇ ਹੁਣ ਕੋਈ ਵੀ ਜਿਹੜੀ ਕਿਰਿਆ ਹੈ ਉਹ इजीली ਤੇ ਇਫੈਕਟਿਵਲੀ ਤਾਂ ਹੀ ਕੀਤੀ ਜਾ ਸਕਦੀ ਹੈ ਜੇਕਰ ਜਿਹੜੇ ਸਾਡੇ ਬਾਡੀ ਪਾਰਟਸ ਨੂੰ ਆਪਸ ਵਿੱਚ ਸਹੀ ਤਰੀਕੇ ਨਾਲ ਕੋਆਰਡੀਨੇਟ ਕਰਨਗੇ ਮੀਨ ਜੇ ਅਸੀਂ ਝੁਕਣਾ ਚਾਹੁੰਦੇ ਆ ਤਾਂ ਸਾਡੀ ਬਾਡੀ ਝੁਕੇਗੀ ਨਾ ਅਸੀਂ ਸਾਰੀ ਬਾਡੀ ਹੀ ਝੁਕੇਗੀ ਸਾਡੀ ਇਹ ਕੱਲਾ ਹੀ ਨਹੀਂ ਹੈ ਕਿ ਸਾਡੇ ਜਿਹੜੇ ਇੱਕ ਅਸੀਂ ਬਾਹ ਨਾਲ ਕੰਮ ਕਰ ਲਵਾਂਗੇ ਨਹੀਂ ਸਾਰੇ ਹੀ ਜਿਹਨੇ ਸਾਡੇ ਬਾਡੀ ਪਾਰਟਸ ਨੇ ਉਹਨਾਂ ਦੇ ਚ ਕੋਆਰਡੀਨੇਸ਼ਨ ਜ਼ਰੂਰੀ ਹੈ ਨੈਕਸਟ ਇਜ਼ ਬੈਲੈਂਸ ਬੈਲੈਂਸ ਹੈ ਸੰਤੁਲਨ ਬਾਡੀ ਨੂੰ ਕੰਟਰੋਲ ਕਰਨ ਦੀ ਯੋਗਤਾ ਭਾਵੇਂ ਕਿ ਉਹ ਪਰਮਾਨੈਂਟ ਹੋਵੇ ਜਾਂ ਹੋਵੇ ਡਾਇਨਾਮਿਕ ਉਹਦੇ ਵਿੱਚ ਜਿਹੜਾ ਬੈਲੈਂਸ ਹੋਣਾ ਜ਼ਰੂਰੀ ਹੈ ਮੀਨ ਜੀ ਸਾਡੀ ਬਾਡੀ ਨੂੰ ਕੰਟਰੋਲ ਕਰਨ ਦੀ ਮੰਨ ਲਓ ਅਸੀਂ ਕਿਤੇ ਸਲਿੱਪ ਕਰ ਗਏ ਅਸੀਂ ਡਿੱਗ ਰਹੇ ਹਾਂ ਤਾਂ ਅਸੀਂ ਬੈਲੈਂਸ ਬਣਾ ਸਕਦੇ ਹਾਂ ਇਹ ਹੋ ਗਿਆ ਕਿ ਸਹੀ ਤਰੀਕੇ ਨਾਲ ਆਪਣੇ ਬਾਡੀ ਨੂੰ ਕੰਟਰੋਲ ਕਰਨ ਦੀ ਯੋਗਤਾ ਇਹਨੂੰ ਕਹਿੰਦੇ ਨੇ ਬੈਲੈਂਸ ਨੈਕਸਟ ਹੈ ਸਟਰੈਂਥ ਐਂਡ ਰਿਓਐਂਸ ਸ਼ਕਤੀ ਸਹਿਣਸ਼ੀਲਤਾ ਹੁਣ ਜਿਹੜੇ ਸਾਡੇ ਮਸਲਸ ਨੇ ਉਹਨਾਂ ਦੇ ਵੱਧ ਤੋਂ ਵੱਧ ਸੁੰਗੜਨ ਦੀ ਜਿਹੜੀ ਯੋਗਤਾ ਦੀ ਸ਼ਕਤੀ ਹੈ ਉਹਨੂੰ ਕੀ ਕਿਹਾ ਜਾਂਦਾ ਹੈ ਸਟਰੈਂਥ ਐਂਡ ਰਿਓਐਂਸ ਸ਼ਕਤੀ ਸਹਿਣਸ਼ੀਲਤਾ ਮੀਨ ਸਾਡੇ ਜਿਹੜੇ ਮਸਲਸ ਨੇ ਉਹ ਜਦੋਂ ਜ਼ਿਆਦਾ ਸੁੰਗੜਨਗੇ ਤਾਂ ਉਹ ਸੁੰਗੜਨ ਦੀ ਯੋਗਤਾ ਹੋਏਗੀ ਸਹਿਨਸ਼ੀਲਤਾ ਨੈਕਸਟ ਹੈ ਮਸਲ ਇੰਡੋਰੈਂਸ ਮਾਸਪੇਸ਼ੀਆਂ ਦੀ ਸਹਿਨ ਸ਼ਕਤੀ ਹੁਣ ਜਿਹੜੇ ਸਾਡੇ ਮਸਲਸ ਨੇ ਉਹਨਾਂ ਦੇ ਦੁਆਰਾ ਧੀਰ ਤੱਕ ਇੱਕੋ ਤਰ੍ਹਾਂ ਦੀ ਐਕਟੀਵਿਟੀ ਕਰ ਸਕਣ ਦੀ ਜਿਹੜੀ ਯੋਗਤਾ ਹੈ ਉਹਨੂੰ ਕਿਹਾ ਜਾਂਦਾ ਹੈ ਮਸਲ ਇੰਡੋਰੈਂਸ ਮੀਨਸ ਕਿੰਨੇ ਪੇਸ਼ੈਂਸ ਦੇ ਨਾਲ ਕਿੰਨੀ ਸਹਿਨ ਸ਼ਕਤੀ ਦੇ ਨਾਲ ਉਹ ਜਿਹੜਾ ਕੰਮ ਉਹ ਕਰਦੀਆਂ ਨੇ ਜਿਵੇਂ ਕਿ ਜਿਹੜਾ ਕੋਈ ਪਰਸਨ ਹੈ ਉਹ ਸਿਟਿੰਗ ਵਾਲਾ ਕੰਮ ਕਰਦਾ ਹੈ ਜ਼ਿਆਤਰ ਸਿਟਿੰਗ ਵਾਲਾ ਕੰਮ ਆ ਉਹਦੇ ਕੋਲ ਜਾਂ ਕੋਈ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਖੜ ਕੇ ਕੰਮ ਕਰਦੇ ਨੇ ਜਿਵੇਂ ਕਿ ਫੈਕਟਰੀਜ਼ ਵਗੈਰਾ ਦੇ ਵਿੱਚ ਤਾਂ ਇਹ ਉਹਨਾਂ ਦੀ ਮਾਸਪੇਸ਼ੀਆਂ ਦੇ ਉੱਪਰ ਡਿਪੈਂਡ ਕਰਦਾ ਕਿ ਉਹਨਾਂ ਦੀ ਸਹਿਣ ਸ਼ਕਤੀ ਕਿੰਨੀ ਹੈ ડીયર স্টুਡੈਂਟਸ ਇਹ ਤੁਹਾਨੂੰ ਮੈਂ ਸ਼ਾਰਟ ਦੇ ਵਿੱਚ ਕਰਵਾਇਆ ਕੰਪੋਨੈਂਟਸ ਨੈਕਸਟ ਵੀਡੀਓ ਦੇ ਵਿੱਚ ਅਸੀਂ ਜਿਹੜੇ ਕੰਪੋਨੈਂਟਸ ਆਫ ਫਿਜ਼ੀਕਲ ਫਿਟਨੈਸ ਹੈ ਇਹਨੂੰ ਲੌਂਗ ਦੇ ਵਿੱਚ ਵੀ ਕਰਾਂਗੇ ਕਿਉਂਕਿ ਇੰਪੋਰਟੈਂਟ ਹੈ ਟਾਪਿਕ ਤੇ ਸ਼ਾਰਟ ਦੇ ਵਿੱਚ ਵੀ ਆ ਸਕਦਾ ਹੈ ਇਸ ਕਰਕੇ ਸ਼ਾਰਟ ਦੇ ਵਿੱਚ ਵੀ ਮੈਂ ਤੁਹਾਨੂੰ ਇਸ ਤਰ੍ਹਾਂ ਕਰਵਾਇਆ ਥੈਂਕਸ ਫॉर ਵਾਚਿੰਗ ਐਂਡ ਹੈਵ ਅ ਨਾਈਸ ਡੇ